ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਵਿੱਚ। ਦੋਸਤੋ ਇੱਕ ਵਾਰ ਫਿਰ ਤੋਂ ਹੱਸਦੇ ਨਾਲ ਬਹੁਤ ਹੀ ਵੱਡੀ ਵੈਕੈਂਸੀ ਡਿਟੇਲ ਲੈ ਕੇ, ਅਤੇ ਇਹ ਵੈਕੈਂਸੀਆਂ ਗਾਈਸ ਸਾਰੀ ਦੀ ਸਾਰੀ ਪੰਜਾਬ ਦੇ ਵਿੱਚ ਹੀ ਅਨਾਊਂਸ ਹੋਈ ਹੈ। ਨਾਲੇ ਇਹਨਾਂ ਵੈਕੈਂਸੀਆਂ ਦੀ ਜਿਹੜੀ ਖਾਸ ਗੱਲ ਹੈ ਉਹ ਇਹ ਹੈ ਕਿ ਇਹਨਾਂ ਦੀ ਮਿਨੀਮਮ ਕੁਆਲੀਫਿਕੇਸ਼ਨ ਬਹੁਤ ਹੀ ਘੱਟ ਰੱਖੀ ਗਈ ਹੈ। ਓਨਲੀ ਗਾਈਸ 10th ਜਾਂ ਪਲੱਸ ਟੂ ਬੇਸ ਇਹਨਾਂ ਦੀ ਕੁਆਲੀਫਿਕੇਸ਼ਨ ਹੈ। ਤੁਹਾਨੂੰ ਕੋਈ ਵੀ ਐਕਸਪੀਰੀਅੰਸ ਜੋ ITI ਟ੍ਰੇਡ ਦੀ ਇੱਥੇ ਲੋੜ ਨਹੀਂ ਪਵੇਗੀ। ਨਾਲੇ ਮੇਲ ਜਾਂ ਫੀਮੇਲ ਕੋਈ ਵੀ ਕੈਂਡੀਡੇਟ ਇੱਥੇ ਭਰਤੀ ਲਈ ਜਾ ਸਕਦਾ ਹੈ। ਜੈਂਡਰ ਦੀ ਕੋਈ ਇੱਥੇ ਬੰਦਿਸ਼ ਇਹਨਾਂ ਨੇ ਨਹੀਂ ਰੱਖੀ। ਬਾਕੀ ਦੀ ਗਾਈਸ ਸਾਰੀ ਦੀ ਸਾਰੀ ਜਿੰਨੀ ਵੀ ਡਿਟੇਲ ਹੈ ਕਦੋਂ ਇਹ ਭਰਤੀ ਹੋਣੀ ਹੈ, ਤੁਸੀਂ ਕਿੱਥੇ ਜਾਣਾ ਹੈ, ਉਹ ਤੁਹਾਨੂੰ ਸਿੱਧਾ ਜਿਹੜਾ ਹੈ ਚੈੱਕ ਕਰਵਾਉਂਦੇ ਹਾਂ ਨਿਊਜ਼ 'ਚੋਂ। ਤਾਂ ਚਲੋ ਫਿਰ ਆਪਾਂ ਚੱਲਦੇ ਹਾਂ ਸਿੱਧਾ ਨਿਊਜ਼ 'ਤੇ। ਅਤੇ ਦੋਸਤੋ ਆਪਾਂ ਪਹੁੰਚ ਗਏ ਸਿੱਧਾ ਨਿਊਜ਼ 'ਤੇ। ਇੱਥੋਂ ਤੁਸੀਂ ਵੇਖ ਸਕਦੇ ਹੋ 12 ਜ਼ਿਲ੍ਹਿਆਂ ਵਿੱਚ 5 ਅਗਸਤ ਤੋਂ ਸ਼ੁਰੂ ਹੋਵੇਗੀ ਇੰਡੀਅਨ ਏਅਰਫੋਰਸ ਦੀ ਭਰਤੀ। ਇੱਥੇ ਗਾਈਸ ਨਿਊਜ਼ 'ਚ ਇਹ ਹੈ ਕਿ ਇੰਡੀਅਨ ਏਅਰਫੋਰਸ ਵੱਲੋਂ ਪੰਜਾਬ ਵਿੱਚ 12 ਜ਼ਿਲ੍ਹਿਆਂ ਵਿੱਚ ਭਰਤੀ ਰੈਲੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਿਲਸਿਲੇ ਵਿੱਚ 5 ਅਗਸਤ ਤੋਂ ਲੈ ਕੇ 10 ਅਗਸਤ ਤੱਕ ਜਲੰਧਰ PAP ਗਰਾਊਂਡ ਵਿੱਚ ਭਰਤੀ ਸੰਬੰਧੀ ਪ੍ਰੋਗਰਾਮ ਆਯੋਜਿਤ ਕੀਤਾ ਜਾਏਗਾ। ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਰੂਪਨਗਰ, ਮੋਗਾ, ਲੁਧਿਆਣਾ, ਗੁਰਦਾਸਪੁਰ, ਤਰਨ ਤਾਰਨ, ਫਾਜ਼ਿਲਕਾ, ਬਠਿੰਡਾ, ਕਪੂਰਥਲਾ ਜ਼ਿਲ੍ਹਿਆਂ ਵਿੱਚ ਭਰਤੀ ਹੋਵੇਗੀ। ਤਾਂ ਗਾਈਜ਼ ਇੱਥੇ ਤੁਸੀਂ ਇੱਕ ਗੱਲ ਜਿਹੜੀ ਹੈ ਉਹ ਨੋਟ ਕਰ ਲਓ, ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਸਾਰਿਆਂ ਜ਼ਿਲ੍ਹਿਆਂ ਵਿੱਚ ਇੱਥੇ ਭਰਤੀ ਹੋਣੀ ਨੇ। ਜੇ ਤੁਸੀਂ ਇਹਨਾਂ ਤੋਂ ਬਾਹਰ ਦੇ ਹੋ ਤਾਂ ਫਿਰ ਇੱਥੇ ਆ ਕੇ ਟ੍ਰਾਇਲ ਦੇ ਸਕਦੇ ਹੋ। ਸੋ ਗਾਈਜ਼ ਨੈਕਸਟ ਆਪਾਂ ਵੱਧਦੇ ਹਾਂ ਨਿਊਜ਼ ਵੱਲ। ਅਤੇ ਗਾਈਜ਼ ਅਧਿਕਾਰੀਆਂ ਨੇ ਦੱਸਿਆ ਕਿ ਭਰਤੀ ਵਿੱਚ ਹਿੱਸਾ ਲੈਣ ਵਾਲੇ ਜਿੰਨੇ ਵੀ ਕੈਂਡੀਡੇਟ ਹੋ ਉਹਨਾਂ ਦੀ ਏਜ ਇਹਨਾਂ ਨੇ ਦੱਸੀ ਹੈ। ਉਹਨਾਂ ਦਾ ਜਿਹੜਾ ਜਨਮ ਹੈ ਉਹ 19 ਜੁਲਾਈ 1999 ਤੋਂ ਲੈ ਕੇ 1 ਜੁਲਾਈ 2003 ਦਰਮਿਆਨ ਹੋਣਾ ਚਾਹੀਦਾ। ਨਾ ਤਾਂ ਇਸ ਤੋਂ ਵੱਧ ਤੁਹਾਡੀ ਏਜ ਜਿਹੜੀ ਹੋਣੀ ਚਾਹੀਦੀ, ਨਾ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਅਤੇ ਗਾਈਜ਼ ਇੱਥੇ ਕੁਆਲੀਫਿਕੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਕੁਆਲੀਫਿਕੇਸ਼ਨ ਦੱਸੀ ਹੋਈ ਹੈ। ਯੋਗਤਾ ਜਿਹੜੀ ਹੋਏ ਤੁਹਾਡੀ 10th ਜਾਂ ਪਲੱਸ ਟੂ ਹੋਣੀ ਚਾਹੀਦੀ ਹੈ, ਅਤੇ ਪਲੱਸ ਟੂ ਵਿੱਚ ਜਿਹੜੇ ਹੈ ਤੁਹਾਡੇ 50% ਨੰਬਰ ਹੋਣੇ ਜ਼ਰੂਰੀ ਹੈ। ਨਾਲੇ ਗਾਈਜ਼ ਜਿਹੜਾ ਅੰਗਰੇਜ਼ੀ ਸਬਜੈਕਟ ਹੈ ਉਸਦੇ ਵਿੱਚ ਵੀ ਤੁਹਾਡੇ ਨੰਬਰ 50% ਹੋਣੇ ਜ਼ਰੂਰੀ ਹੈ। ਜੇ ਤੁਹਾਡੇ 50% ਨੰਬਰ ਹੈ ਤਾਂ ਹੀ ਤੁਸੀਂ ਜਿਹੜਾ ਇਸ ਭਰਤੀ ਲਈ ਜਾਇਓ। ਇਸ ਤੋਂ ਬਾਅਦ ਗਾਈਜ਼ ਗੱਲ ਕਰੀਏ ਆਪਾਂ ਤਾਂ ਇਸ ਤੋਂ ਸੰਬੰਧਿਤ ਜਿੰਨੀ ਵੀ ਹੋਰ ਇਨਫੋਰਮੇਸ਼ਨ ਹੈ ਤੁਹਾਨੂੰ ਇਹਨਾਂ ਦੀ ਵੈਬਸਾਈਟ 'ਤੇ ਮਿਲ ਜਾਏਗੀ। ਅਤੇ ਇੱਥੇ ਟੋਟਲ ਜਿੰਨੇ ਵੀ ਕੈਂਡੀਡੇਟ ਨੇ ਗਾਈਜ਼ 12,000 ਉਮੀਦਵਾਰਾਂ ਦੀ ਉਮੀਦ ਇੱਥੇ ਕੀਤੀ ਜਾ ਰਹੀ ਕਿ ਉਹ ਪਹੁੰਚਣਗੇ। ਅਤੇ ਗਾਈਜ਼ ਇਹਨਾਂ ਦੀ ਉਮੀਦ ਤਾਂ ਮੈਨੂੰ ਕੁਝ ਜ਼ਿਆਦਾ ਜਿਹੜੀ ਹੈ ਸਹੀ ਨਹੀਂ ਲੱਗਦੀ, ਕਿਉਂਕਿ ਇਸ ਭਰਤੀ ਵਿੱਚ ਘੱਟੋ ਘੱਟ 1 ਲੱਖ ਤੋਂ ਵੱਧ ਕੈਂਡੀਡੇਟ ਜਿਹੜਾ ਉਹ ਹਿੱਸਾ ਲੈਣਗੇ। ਠੀਕ ਹੈ, ਅਤੇ ਗਾਈਜ਼ ਜੇ ਤੁਹਾਨੂੰ ਇਸ ਭਰਤੀ ਦੀ ਕੰਪਲੀਟ ਇਨਫੋਰਮੇਸ਼ਨ ਚਾਹੀਦੀ ਹੈ ਇਹਨਾਂ ਦੀ ਵੈਬਸਾਈਟ ਤੋਂ ਤਾਂ ਫਿਰ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰਕੇ ਲਿਖ ਦਿਓ ਕਿ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਚਾਹੀਦੀ ਹੈ। ਆਪਾਂ ਨੈਕਸਟ ਵੀਡੀਓ ਇਸ ਦੀ ਕੰਪਲੀਟ ਇਨਫੋਰਮੇਸ਼ਨ 'ਤੇ ਬਣਾ ਦੇਵਾਂਗੇ। ਠੀਕ ਹੈ, ਅਤੇ ਗਾਈਜ਼ ਇਹ ਜੋ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ, ਵਧੀਆ ਲੱਗੀ, ਸ਼ੇਅਰ ਕਰ ਸਕਦੇ ਹੋ। ਅਤੇ ਚੈਨਲ 'ਤੇ ਨਵੇਂ ਹੋ ਤਾਂ ਇਹੋ ਜਿਹੀ ਲੇਟੈਸਟ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਆਪਾਂ ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਜੈ ਹਿੰਦ, ਰੱਬ ਰਾਖਾ।